ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਸਾਡੇ ਖਾਸ ਤੌਰ 'ਤੇ ਲੁਧਿਆਣੇ ਸ਼ਹਿਰ ਦੇ ਵੋਟਰ, ਜਿਨ੍ਹਾਂ ਨੇ ਰਿਕਾਰਡ ਤੋੜ ਬੰਪਰ ਵੋਟਿੰਗ ਆ ਜਿਹੜੀ ਉਹ ਕੀਤੀ, ਅਤੇ ਪੰਜ ਛੇ ਜੋ ਪੰਜ ਵਿਧਾਨ ਸਭਾ ਹਲਕੇ ਆ ਜਿਹੜੇ ਉਹ ਪੰਜਾਹ ਹਜ਼ਾਰ ਤੋਂ ਵੋਟ ਉੱਤੇ ਪਾਈ। ਇਸ ਕਰਕੇ ਇਹ ਕਲੀਅਰ ਮੈਂਡੇਟ ਆ ਸਾਰੇ ਸ਼ਹਿਰ ਦਾ ਵੀ ਉਹ BJP ਨੂੰ, ਮੈਨੂੰ ਵੋਟ ਆ ਜਿਹੜੀ ਉਹਨਾਂ ਨੇ ਕੀਤੀ, ਡਿਵੈਲਪਮੈਂਟ ਨੂੰ ਵੋਟ ਕੀਤੀ। ਅਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ, ਜਿੱਤ ਹਾਰ ਦੀ, ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਏ ਆ, ਇਹ 'ਚ ਕੋਈ ਕਾਂਗਰਸ ਦੀ ਜਿੱਤ ਨਹੀਂ ਗੀ, ਇਹ 'ਚ ਕੋਈ ਵੀ ਕਿਸੇ ਪਾਰਟੀ ਹੋਰ ਦੀ ਜਿੱਤ ਨਹੀਂ ਗੀ। ਇਹ ਜਿੱਤ ਸਿਰਫ ਜਿਹੜੇ ਐਸੇ ਤੱਤ ਸੀ ਜਿਨ੍ਹਾਂ ਨੇ ਪਿੰਡੋਂ ਵੜਨੋਂ BJP ਨੂੰ ਰੋਕਿਆ, ਪਿੰਡਾਂ 'ਚ ਸਾਨੂੰ ਕੰਪੇਨ ਕਰਨੋਂ ਰੋਕਿਆ, ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ BJP ਨੂੰ ਹੋਇਆ, ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ। ਉਹ ਆਪਣੀਆਂ ਡਾਂਗਾਂ ਕਿਰਪਾਨਾਂ ਲੈ ਕੇ, ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ, ਉਹ ਤਿੰਨ ਹਲਕਿਆਂ 'ਚ ਹੋਇਆ। ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ, ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ, ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼, ਕਿਉਂਕਿ ਤੁਸੀਂ ਵੋਟ BJP ਨੂੰ ਪਾਈ ਆ ਅਤੇ BJP ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ, ਮੋਦੀ ਸਾਹਿਬ ਦੀ ਸੀ ਜੀ ਵਾਰ, ਅਤੇ ਤੁਹਾਡੇ ਹਰ ਜੋ ਏਜੰਡੇ 'ਚ ਦਿੱਤਾ ਸੀ ਵੀ ਅਸੀਂ ਡਿਵੈਲਪਮੈਂਟ ਕਰਾਂਗੇ, ਉਹ ਜ਼ਿੰਮੇਵਾਰੀ ਆ ਸਰਕਾਰ ਦੀ। ਠੀਕ ਆ, ਓਪੋਜੀਸ਼ਨ 'ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ MP ਬੇਸ਼ੱਕ ਬਣਾ, ਓਪੋਜੀਸ਼ਨ 'ਚ ਬਹਿ ਕੇ MP ਨੇ ਕਰਨਾ ਕੀ ਹੁੰਦਾ, ਗੱਲ ਤਾਂ ਸਰਕਾਰ ਦੀ ਹੁੰਦੀ ਆ ਅਤੇ ਉਹ ਸਰਕਾਰ BJP ਦੀ ਆ। ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਅਤੇ ਉਹਨੂੰ ਨਿਭਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋ ਕਿਹਾ। ਉਦੋਂ ਬਾਅਦ ਬਿਲਕੁਲ ਤਕੜੇ ਹੋ ਜਾਓ, ਕੁਛ 2 ਮਹੀਨਿਆਂ ਦੇ ਵਿੱਚ ਪੂਰੇ ਇਲੈਕਸ਼ਨ ਆ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ। ਜਿਸ ਤਰੀਕੇ ਨਾਲ ਆਪਾਂ ਇਕੱਲਾ ਇਕੱਲਾ ਬੂਥ ਵਾਰਡ 1500-1500 ਜੋਬ ਜਿੱਤਿਆ ਅਤੇ ਕਲੀਅਰ ਜਿਹੜਾ ਹੈ ਅਗਲੇ ਕੌਂਸਲਰ ਅਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣੇ 'ਚ BJP ਦਾ ਬਣਨਾ, ਅਤੇ 27 ਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ, ਇਸੇ ਕਰਕੇ BJP 'ਚ ਆਏ ਸੀ। ਅਤੇ ਉਹ ਸੀਟਾਂ ਜਿਹੜੀਆਂ ਤਕਰੀਬਨ ਬਹੁਤ ਵੱਡਾ 18% ਤੋਂ ਉੱਤੇ BJP ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ, ਅਤੇ ਇਸ ਕਰਕੇ ਤਕੜੇ ਹੋ ਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਨਾਲੋਂ ਕਿਤੇ ਵੱਧ ਮਿਹਨਤ ਕਰਾਂਗੇ। BJP ਦੇ ਜੋ ਵਰਕਰ ਨੇ, ਜੋ ਵੋਟਰ ਨੇ, ਜੋ ਸ਼ਹਿਰ ਦੇ ਨੇ, ਮੈਂ ਸਮਝਦਾ ਰਿਜ਼ਲਟ ਦਿੱਤਾ ਉਹ ਮੈਂ ਉਹਨਾਂ ਨੂੰ ਸਲਾਮ ਕਰਨਾ, ਉਹਨਾਂ ਦੇ ਮੂਹਰੇ ਸਿਰ ਝੁਕਦਾ ਹੈ, ਉਹਨਾਂ ਨੂੰ ਮੈਂ ਜੀ ਆਇਆਂ ਕਰਨਾ, ਵੈਲਕਮ ਕਰਨਾ, ਅਤੇ ਬਹੁਤ ਖੁਸ਼ੀ ਆ ਮੇਰੇ 'ਤੇ ਵੀ ਜਿੰਨੀ ਵੋਟ ਪਈ ਆ ਉਹ ਆਸ ਤੋਂ ਵੱਧ ਪਈ ਆ। ਸਿਰਫ ਬਿਲਕੁਲ ਨਿਮੋਸ਼ਨਾ ਹੋਏ ਇਹ ਪਿੰਡਾਂ ਵਾਲੇ ਨੂੰ ਰੋਕਿਆ ਗਿਆ, ਜੇ ਇੱਕ ਵੀ ਕੋਈ BJP ਦਾ ਘਰ ਕਿਸੇ ਕੋਈ ਪ੍ਰੋਗਰਾਮ ਕਰਾਉਂਦਾ ਸੀ ਉਹਨੂੰ ਇਕੱਠੇ ਹੋ ਕੇ ਆਮ ਆਦਮੀ ਵਾਲੇ, ਕਾਂਗਰਸ ਵਾਲੇ ਅਤੇ ਜਿਹੜੇ ਕਾਮਰੇਡ ਗੁੰਡੇ ਇਕੱਠੇ ਹੋਏ ਸੀ ਉਹਨੂੰ ਕੁੱਟਮਾਰ ਕਰਦੇ ਸੀ, ਉਹਨੂੰ ਰਾਤ ਨੂੰ ਉਹਦੇ ਘਰੇ ਬੁਲਾ ਕੇ ਉਹਨੂੰ ਗਾਲੀ ਗਲੋਚ ਕਰਦੇ ਸੀ। ਪਰ ਜਨਾਬ ਫਾਇਦਾ ਕੀ ਹੋਇਆ, ਆਮ ਆਦਮੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਲੱਗੀ ਸੀ ਅਤੇ ਫਾਇਦਾ ਤੁਹਾਨੂੰ ਵੀ ਕੀ ਹੋਇਆ ਫਿਰ, ਜਿਹੜਾ ਇਹੋ ਜਿਹੇ ਕੰਮ ਕਰੂਗਾ ਉਹਦਾ ਆਪਦਾ ਵੀ ਨੁਕਸਾਨ ਹੁੰਦਾ ਅਤੇ ਦੂਜੇ ਦਾ ਤਾਂ ਕਰਦੇ ਹੀ ਕਰਦੇ ਹੋ। ਅਤੇ ਅੱਜ ਪੰਜਾਬ ਨੂੰ ਤੁਸੀਂ ਉਸ ਸਰਕਾਰ ਦੇ ਵਿੱਚ ਜਾਣੋ ਰੋਕਿਆ, ਹੁਣ 5 ਸਾਲ ਮੋਦੀ ਸਾਹਿਬ ਤਾਂ ਬਣ ਗਏ, BJP ਤਾਂ ਬਣ ਗਈ ਸਰਕਾਰ, ਤੁਹਾਡਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਇਹ ਦੱਸੋ, ਕੋਈ ਮਸਲਾ ਹੱਲ ਹੋਇਆ? ਮੈਂ ਪਹਿਲਾਂ ਕਹਿੰਦਾ ਸੀ ਵੀ ਸਰਕਾਰ ਤਾਂ ਜਿਹੜੀ ਆ ਉਹ ਦੇਸ਼ ਨੇ ਮੋਦੀ ਸਾਹਿਬ ਦੀ ਬਣਾਈ ਦੇਣੀ ਆ, ਉਹੀ ਗੱਲ ਹੋਈ, ਉਹ ਬਣ ਗਈ। ਅਤੇ ਹੁਣ ਜਿਹੜੇ ਰੋਕਦੇ ਸੀ ਉਹ ਭਾਈ ਆਪਣੇ ਆਪ ਨੂੰ ਹੁਣ ਦੇਖਣ
ਉਹ ਕਿੰਨੇ ਕਿਸ ਗੱਲ 'ਚ ਕਾਮਯਾਬ ਹੋਏ। ਹੁਣ ਜਿਹੜਾ ਵੀ ਪੈਸਾ ਹੈ ਉਹ ਚਾਹੇ ਪਿੰਡ ਹੋਏ ਉਹ ਵੀ ਪੈਸਾ ਸੈਂਟਰ ਤੋਂ ਆਉਣਾ, ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ। ਫਿਰ ਤੁਸੀਂ ਕਹੋਗੇ ਹੁਣ ਮਨਰੇਗਾ ਦਾ ਪੈਸਾ ਲਿਆਓ ਜੀ, ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂ 'ਚ ਕੱਚੇ ਮਕਾਨ ਦਾ ਦਿਓ ਜੀ, ਹੁਣ ਕਣਕ ਦਿਓ ਜੀ, ਅਤੇ ਜਾਂ ਤਾਂ ਲਓ ਹੀ ਨਾ ਇੱਕ ਇੱਕ ਚੀਜ਼। ਹੁਣ ਤੁਸੀਂ ਜਿੰਨੇ ਵੀ ਪਿੰਡਾਂ ਵਾਲੇ ਆ ਨਾ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ, ਅਸੀਂ ਨਹੀਂ ਲੈਣਾ ਜੀ ਹੁਣ RDF ਦਾ ਪੈਸਾ ਨਾ ਲਓ ਜਾਂਦਾ, ਸਰ ਕੇ ਦੇਖ ਲਓ ਉਹ ਤੋਂ ਬਗੈਰ। ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਜਿਹਦਾ ਹੁਣ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਰਨਾ ਪਊ। ਅਤੇ ਇਸ ਕਰਕੇ ਹਜੇ ਵੀ ਬਹੁਤ ਵੱਡਾ ਟਾਈਮ ਆ ਅੱਗੇ, ਜੇ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਵਿਦੇਸ਼ਾਂ 'ਚ ਚੜ੍ਹਨੋਂ ਬਜਹਾਜ਼, ਜੇ ਗਰੀਬ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੋਈ ਕਾਰੋ ਕੰਮ ਹੋਵੇ ਪਿੰਡਾਂ 'ਚ ਗੱਲ ਹੋਵੇ ਤਾਂ ਫਿਰ BJP ਦੀ ਬਾਂਹ ਫੜਨੀ ਪੈਣੀ ਆ, BJP ਦੀ ਸਪੋਰਟ ਕਰਨੀ ਪੈਣੀ ਆ। ਨਹੀਂ ਤਾਂ ਜਿਵੇਂ ਨਸ਼ੇ ਦੀ ਗਲੀ ਗਲੀ 'ਚ ਨਸ਼ਾ ਬਹਿ ਰਿਹਾ ਹੈ, ਹਾਲਾਤ ਤਾਂ ਦੇਖੋ ਪਿੰਡਾਂ ਦੇ ਕੀ ਆ। ਤੁਸੀਂ ਜਿਹੜੀ ਵੋਟ ਤਾਂ ਪਾ ਤੀ ਉਹਦਾ ਹਾਲ ਦੇਖੋ, ਕੀ ਤੁਹਾਡੇ ਨਾਲ ਕਾਂਗਰਸ ਨੇ ਕੀ ਕੀਤਾ ਹੋਵੇ, ਆਮ ਆਦਮੀ ਨੇ ਤੁਹਾਡੇ ਨਾਲ ਕੀ ਕੀਤਾ ਹੋਵੇ। ਅਤੇ ਪਰ ਚਲੋ ਉਹ ਲੰਬੀਆਂ ਗੱਲਾਂ ਬਾਅਦ 'ਚ ਸਾਰੀਆਂ ਰਿਕਾਰਡਿੰਗਾਂ ਚੈਨਲਾਂ 'ਤੇ ਕਰਾਂਗੇ, ਪਰ ਅੱਜ ਮੈਂ ਫਿਰ ਹੱਥ ਜੋੜ ਕੇ, ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਸਾਰੇ ਮੇਰੇ ਸ਼ਹਿਰ ਵਾਲਿਆਂ ਨੂੰ, ਸਾਰੇ ਵੋਟਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਜੋ ਜੋ ਏਮਸ ਦੀ ਗੱਲ ਕੀਤੀ, ਸਾਡੇ ਯੂਨੀਵਰਸਿਟੀਆਂ ਦੀ ਗੱਲ ਕੀਤੀ, ਮੈਡੀਕਲ ਕਾਲਜਾਂ ਦੀ ਗੱਲ ਕੀਤੀ, ਏਅਰਪੋਰਟ ਇੰਟਰਨੈਸ਼ਨਲ ਦੀ ਗੱਲ ਕੀਤੀ, ਉਹਦੇ ਲਈ ਕੱਲ੍ਹ ਤੋਂ ਹੀ ਜਿਹੜਾ ਉਹ ਸ਼ੁਰੂਆਤ ਆ ਜਿਹੜੀ ਹੋ ਜਾਣੀ ਆ। ਅਤੇ ਸਭ ਤੋਂ ਅਹਿਮ ਗੱਲ, ਸਭ ਤੋਂ ਅਹਿਮ ਜਿਹੜੇ ਮੇਰੇ ਦਿਲ ਦੇ ਵਿੱਚ ਵਸੇ ਹੋਏ ਆ ਮੋਦੀ ਸਾਹਿਬ ਦੇ, ਜਿਹੜੇ ਦਿਲ 'ਚ ਵਸੇ ਹੋਏ ਆ BJP ਦੇ ਵਰਕਰ, ਬਿਲਕੁਲ ਫਿਕਰ ਨਾ ਕਰਿਓ BJP ਦੇ ਵਰਕਰ, ਝੰਡਾ ਹੋਰ ਉੱਚਾ ਕਰੋ, BJP ਦਾ ਝੰਡਾ, ਰਾਮ ਜੀ ਦਾ ਝੰਡਾ ਹੋਰ ਉੱਚਾ ਕਰਕੇ ਲਾਓ, ਕਿਉਂਕਿ BJP ਸਰਕਾਰ ਦੇ ਵਿੱਚ ਤੁਹਾਡੀ ਸੁਣਵਾਈ ਹੋਣੀ ਆ, ਬਿਲਕੁਲ ਡਟ ਕੇ 5 ਸਾਲ ਆ ਜਿਹੜੀ ਉਹ ਤੁਹਾਡੀ ਚੱਲਣੀ ਆ। ਇਸ ਕਰਕੇ ਝੰਡਾ ਚੜ੍ਹੋ ਉੱਤੇ ਤਕੜੇ ਹੋ ਕੇ। ਮੈਂ ਇਹੀ ਗੱਲ ਪਹਿਲਾਂ ਸਮਝਾਉਂਦਾ ਸੀ ਵੀ ਸਰਕਾਰ ਜਿਹੜੀ ਆ ਉਹ ਤਾਂ ਮੋਦੀ ਜੀ ਦੀ ਬਣਨੀ ਆ, BJP ਦੀ ਬਣਨੀ ਆ, ਉਹ ਫੈਸਲਾ ਹੋ ਚੁੱਕਿਆ ਸੀ ਪਹਿਲਾਂ ਹੀ, ਪਰ ਹੁਣ ਤੁਹਾਡੀ ਤਾਕਤ ਮੋਦੀ ਜੀ ਦੀ ਤਾਕਤ ਆ। ਇਸ ਕਰਕੇ ਹਰ ਚੀਜ਼ ਜਿਹੜੀ ਇਕੱਲੀ ਇਕੱਲੀ ਤੁਹਾਡੇ ਨਾਲ ਵਾਅਦਾ ਕੀਤਾ ਉਹ ਪ੍ਰੋਜੈਕਟ ਮੋਦੀ ਜੀ ਤੋਂ ਲੈ ਕੇ ਆਵਾਂਗੇ, ਮੋਦੀ ਜੀ ਆਪ ਆਉਣਗੇ, ਅਤੇ ਸ਼ਹਿਰਾਂ ਵਾਲੇ ਉਹਨਾਂ ਦਾ ਮੈਂ ਰਿਣੀ ਆ ਰਿਣੀ ਦਿਲ ਤੋਂ ਧੰਨਵਾਦੀ ਹਾਂ। ਇਸ ਕਰਕੇ ਆਪਣੇ ਖੁਸ਼ੀ ਨਾਲ ਜਿਹੜੇ ਉਹ ਝੰਡੇ ਜਿੱਦਣ ਪ੍ਰਾਈਮ ਮਿਨਿਸਟਰ ਮੋਦੀ ਜੀ ਸਹੁੰ ਚੱਕਣਗੇ ਉਦਣ ਘਰ ਘਰ ਜਿਹੜੀ ਆ ਉਹ ਲੁਧਿਆਣੇ ਦੇ ਵਿੱਚ ਮਠਿਆਈ ਵੰਡੋ, ਅਤੇ ਉਦਣ ਉੱਚਾ ਤੋਂ ਉੱਚਾ ਕਰਕੇ ਜਿਹੜਾ BJP ਦਾ ਝੰਡਾ ਲਾਓ, ਅਤੇ ਮਨ ਦੇ ਵਿੱਚ ਜਿਹੜੀਆਂ ਖੁਸ਼ੀਆਂ ਹੈ ਉਹ ਪੂਰੀਆਂ ਕਰਿਓ ਉਦਣ। ਧੰਨਵਾਦ, ਜੈ ਹਿੰਦ।